ਉਹ ਚੂੜੀਆਂ ਫਿਲਮ ਦੀ ਗੱਲ ਕਰਦਾ, ਉਹ ਸਾਡੇ ਪਿੰਡ ਬਣੀ ਓ। ਅੱਛਾ, ਕਾਲੇ ਦੇ ਲਾਗੇ ਆ ਸ਼ੇਰ ਸਿੰਘ, ਸਾਡਾ ਪਿੰਡ ਹੀ ਆ ਉੱਥੇ। ਉਹਦੇ ਉੱਥੇ ਸੈਮਾ ਚੂੜੀਆਂ ਲੈਣ ਨਹੀਂ ਆਉਂਦੀ, ਆਹੋ ਮੇਲੇ 'ਚ। ਆਹੋ, ਅਤੇ ਮਗਰ ਹੀ ਜਿਹੜਾ ਵਾ ਉਹ ਮੰਮਰ ਰਾਣਾ ਆ ਜਾਂਦਾ, ਉਹਦੇ ਪਿੱਛੇ ਹੀ ਮੈਂ ਸੀ। ਅੱਛਾ, ਮੈਨੂੰ ਕੈਮਰੇ ਵਾਲਾ ਕਹਿੰਦਾ ਦਫਾ ਹੋ ਜਾ, ਬਾਹਰ ਹੋ ਜਾਈ। ਉਹ ਇੱਕ ਸ਼ਾਟ ਵੀ ਮੇਰਾ ਉਹਨਾਂ ਨੇ ਆਉਣ ਦਿੱਤਾ ਨਹੀਂ, ਤੇ ਫਿਲਮ ਦੇ ਵਿੱਚ ਮੈਂ ਵੀ ਹੈਗਾ ਸੀ। ਨਾ ਤੇ ਆ ਜਾਣਾ ਸੀ ਤੂੰ, ਹਿੱਟ ਹੋ ਜਾਣਾ ਸੀ, ਹਿੱਟ ਹੋ ਜਾਣਾ। ਮੈਂ ਕਹਿੰਦਾ ਫਿਲਮਾਂ ਜਿਹੜੀਆਂ ਟੌਰੀ ਜਿਹੜੀਆਂ ਬਣੀਆਂ ਨਾ, ਜਿਹੜੀ ਪਹਿਲੀ ਮੌਲਾ ਜੱਟ ਸੀ, ਉਹ ਉਹ ਮੁਨੱਵਰ ਸ਼ਰੀਫ ਦੀਆਂ ਫਿਲਮਾਂ ਮੈਨੂੰ ਬੜੀਆਂ ਟੌਰੀ ਲੱਗਦੀਆਂ ਸੀ। ਬਈ ਬੜਾ ਮਖੌਲੀਆ ਸੀ ਵੀ, ਮੈਂ ਆਨਾ ਵਾ ਵੀ ਪੂਰੀ ਨਾ ਪੂਰੀ ਜ਼ਿੰਦਗੀ ਚ ਇੰਜ ਦਾ ਮਖੌਲੀਆ ਨਹੀਂ ਆਉਣਾ। ਉਹਦੀ ਫਿਲਮ ਨਹੀਂ, ਇੱਕ ਉਹਦਾ ਗਾਣਾ ਵਿੱਚ ਆਉਂਦਾ ਜੀ, ਆ ਮੈਂ ਤੈਨੂੰ ਜਿਹੜਾ ਵੇਖ, ਮੈਂ ਤੈਨੂੰ ਉਹਦਾ ਦਿਖਾਵਾਂ ਜਿਹੜਾ ਗਾਣਾ ਖੁਸ਼ੀ ਜੀ ਗਾਇਆ ਉਹਨੇ। ਉਹ ਮੇਰੇ ਪੈਰਾਂ 'ਚ ਘੁੰਗਰੂ ਪਵਾ ਦੇ ਤੇ ਫੇਰ ਮੇਰੀ ਟੋਰ ਵੇਖ ਲੈ, ਤੇ ਫੇਰ ਮੇਰੀ ਟੋਰ ਵੇਖ ਲੈ। ਉਹ ਘਾਤਕ ਫਿਲਮ, ਉਹ ਸਨੀ ਦਿਓਲ ਦੀ, ਉਹ ਕਹਿੰਦਾ ਯੇ ਮਜ਼ਦੂਰ ਕਾ ਹਾਥ ਹੈ ਕਾਤੀਆ, ਤੇ ਤੇਰਾ ਆਪਣਾ ਕਿੱਥੇ ਆ, ਵਢਵਾ ਬੈਠਾ। ਤੂੰ ਬੋਲਿਆ ਇਹ ਕੰਮ ਛੱਡ ਦੇ ਤੇ ਫਿਲਮਾਂ 'ਚ ਕੰਮ ਕਰ ਲਾ, ਚਲਾ ਜਾ ਸਟੂਡੀਓ, ਤਾਮਲ ਫਿਲਮਾਂ 'ਚ ਤੇਰੀ ਬੜੀ ਜ਼ਰੂਰਤ ਆ। ਹੈਂ, ਉਹ ਕਣਕ ਵੱਢਣ ਆਇਆ ਕਿ ਇੱਥੇ ਐਕਟਿੰਗ ਕਰਨ ਆਇਆ ਤੂੰ? ਚੋਰੀ ਸਾਹਿਬ ਆ, ਵੇਖੋ ਅਸੀਂ ਕਣਕ ਵੱਢ ਵੱਢ ਦੇ ਢੇਰ ਲਾਏ ਪਏ ਆ, ਤੇ ਬੱਲੇ ਬੱਲੇ ਮੈਂ ਹੁਣ ਕਿੱਦਾਂ ਚੁਕਵਾਵਾਂਗਾ ਇਹ ਢੇਰ? ਹੈਂ, ਉਹ ਮੀਂਹ ਕਣੀ ਦਾ ਮੌਸਮ ਆ, ਬੱਦਲ ਚੜ੍ਹੇ ਆ ਤੇਰੇ ਵਾਂਗੂ ਇੱਧਰ ਨੂੰ। ਹੈਂ, ਹੱਥ ਮਾਰੋ ਪਰ ਇੱਧਰ ਅੱਜਰਾ, ਇੱਥੇ ਤਾਂ ਮੈਂ ਘੰਟਾ ਹੋ ਗਿਆ ਪਿੱਛੇ ਖਲੋ ਕੇ ਤੇਰੇ ਡਾਇਲੋਗ ਸਾਰੇ ਸੁਣੇ ਆ, ਟਗੇ ਦੀ ਪਰਫਾਰਮੈਂਸ ਨਹੀਂ ਤੇਰੀ। ਭਾਈ ਸਾਹਿਬ, ਬੁਰੀ ਗੱਲ ਆ ਕਿਸੇ ਬੰਦੇ ਦੀ ਚੁਗਲੀ ਕਰਨੀ ਪਿੱਛੇ ਹੋ ਕੇ ਗੱਲ ਸੁਣੀ ਆ, ਗੀਬਤ ਹੁੰਦੀ ਆ। ਉਹ ਦੂਜੇ ਕਿੱਥੇ ਆ? ਡੋਗਰ ਹੋਣੀ ਕਿੱਥੇ ਆ ਸਾਰੇ? ਡੋਗਰ ਹੋਣੀ ਗਏ ਆ ਚੋਰੀ ਸਾਹਿਬ, ਜਿਹੜਾ ਪਾਣੀ ਪਾਣੀ ਧਾਣੀ ਪੀਣ ਗਏ ਆ। ਪਾਣੀ ਧਾਣੀ ਇੱਥੋਂ ਪੀ ਲੈਂਦੇ, ਤਾਜ਼ਾ ਤੇ ਆਉਂਦੇ ਆ, ਵੇ ਨਿੱਤਰ ਪਾਣੀ ਆ। ਚਲੋ ਤੁਸੀਂ ਘੁੱਟ ਲਾਓ, ਓਨੀ ਦੇਰ ਫਿਰ ਉਹ ਵੀ ਆ ਜਾਂਦੇ ਆ। ਮੇਰੀ ਗੱਲ ਸੁਣ ਅਲੀ, ਨਾਲ ਹੋ ਪੋਤੇ ਇਹਨਾਂ ਦੇ, ਮੇਰੀ ਗੱਲ ਸੁਣ ਕੋ ਗਿਆ, ਕਣਕ ਦਾ ਦਾਣਾ ਇੱਕ ਵੀ ਜਾਇਆ ਨਹੀਂ ਹੋਣਾ ਚਾਹੀਦਾ। ਚੋਰੀ ਸਾਹਿਬ, ਹੁਣ ਇਹ ਕਣਕ ਆ ਵੱਡਿਆ, ਇੱਕ ਅੱਧਾ ਦਾਣਾ ਦੇ ਥੱਲੇ ਜਾਣਾ ਹੀ ਆ, ਹੁਣ ਕਾਰਪੇਟ ਵਿਛਾ ਲਈਏ ਥੱਲੇ ਅਸੀਂ। ਕਾਰਪੇਟ ਵਿਛਾਉਣਾ ਕਿਉਂ ਜਾਵੇ ਥੱਲੇ, ਕਿਉਂ ਜਾਵੇ? ਤੈਨੂੰ ਪਤਾ ਕਿਸਾਨ ਦੀ ਕਿੰਨੀ ਮਿਹਨਤ ਹੁੰਦੀ ਆ ਇਹਦੇ 'ਤੇ? ਉਹ ਕਿਸਾਨ ਮੈਂ ਹੀ ਹਾਂ, ਤੁਸੀਂ ਤਾਂ ਲਾਂਭੇ ਫਿਰਦੇ ਤੁਰਦੇ, ਅਸੀਂ ਇੱਥੇ ਸਾਰੇ ਇੱਥੇ ਤੱਕ ਪਹੁੰਚਾਈ ਆ ਕਣਕ, ਪਰ ਹਾਲੇ ਇੱਕ ਇੱਕ ਦਾਣਾ ਭਾਈ ਜਿਹੜਾ ਕੀਮਤੀ ਆ। ਚਲੋ ਫਿਰ ਰਹਿਣ ਦਿੰਦੇ ਹਾਂ, ਨਹੀਂ ਵੱਢਦੇ ਅਸੀਂ। ਠਹਿਰ ਜਾ, ਤੂੰ ਨਹੀਂ ਵੱਢਦੇ, ਫੜ। ਮੇਰੇ ਕਹਿਣ ਦਾ ਮਤਲਬ ਆ ਵੀ ਅੱਗੇ ਤੈਨੂੰ ਪਤਾ ਵੀ ਪਿੱਛੇ ਜੇ ਬਾਰਿਸ਼ਾਂ ਹੋਈਆਂ, ਸਾਰੀਆਂ ਕਣਕਾਂ ਲੰਮੀਆਂ ਪੈ ਗਈਆਂ, ਵੇਖ ਲਾ ਉੱਦਾਂ ਦੀਆਂ ਉੱਦਾਂ ਹੀ ਆ। ਉਹ ਤਾਂ ਕੁਦਰਤੀ ਗੱਲ ਆ, ਹੁਣ ਚੌਵੀ ਸਾਹਿਬ ਵਿੱਚ ਸਾਡਾ ਤਾਂ ਕਸੂਰ ਕੋਈ ਨਹੀਂ ਨਾ, ਅਸੀਂ ਵਾਢੇ ਲੱਗੇ ਹਾਂ। ਚਲੋ ਝੁੱਟੀ ਮਾਰ ਕੇ ਨਿਬੇੜੋ ਕੰਮ, ਵੇਖ ਬੱਦਲ ਚੜ੍ਹਿਆ ਗੋ ਗਿਆ, ਇੱਧਰੋਂ ਵੇਖ ਤਾਂ ਸਹੀ। ਚੌਵੀ ਸਾਹਿਬ, ਆ ਬੱਦਲ ਬੁੱਦਲ ਹੋਇਆ, ਅਸੀਂ ਵੱਢਦੇ ਹਾਂ, ਤਾਂ ਜਦੋਂ ਮੀਂਹ ਪੈ ਗਿਆ ਤਾਂ ਖੁਦਾ ਨਾ ਖਾਸਤਾ ਤੁਸੀਂ ਨਾ ਛਤਰੀ ਮੇਰੇ ਸਿਰ ਥੱਲੇ ਰੱਖਣੀ ਆ, ਫਿਰ ਮੈਂ ਵੱਢ। ਅੱਛੇ, ਯਾਨੀ ਕਿ ਚੌਰੀ ਤੇਰੇ ਸਿਰ 'ਤੇ ਛਤਰੀ ਰੱਖੇ, ਚੌਰੀ ਤੇਰੇ ਦੋ ਨਾ ਰੱਖੇ। ਚਲੋ ਕੰਮ ਕਰ, ਅੱਗੇ ਡੇਢ ਘੰਟਾ ਹੋ ਗਿਆ ਇੱਥੇ ਪਿਓ ਵਾਲੀ ਫਿਲਮ ਚਲਾ ਕੇ ਬੈਠਾ ਹੈ, ਖੁਸ਼ੀਆ ਅਤੇ ਫਲਾਣੀ ਅਤੇ ਫਲਾਣੀ। ਚੌਰੀ ਜੀ, ਅਸੀਂ ਤਾਂ ਨਾ ਮਾੜਾ ਜਿਹਾ ਸਾਹ ਕੱਢਣ ਵਾਸਤੇ ਗੱਲ ਕਰਨ ਡਏ ਸੀ। ਸਾਹ ਕੱਢਣ ਦੇ, ਤੂੰ ਦੌੜ ਕੇ ਆਇਆ ਜਦੋਂ ਸਾਹ ਕੱਢਣ? ਵੇਖੋ ਅਸੀਂ ਕਿੱਦਾਂ ਅਸੀਂ ਪਰੂੜੇ ਵੱਢ ਵੱਢ ਕੇ ਅਸੀਂ ਰੱਖੇ ਆ। ਉਹ ਜਦੇ ਹੱਥ ਨਹੀਂ ਲਾਇਆ ਕਣਕ ਨੂੰ ਤੁਸੀਂ, ਤਾਂ ਕੀ ਵੱਢ ਲਿਆ ਤੁਸੀਂ? ਇਹ ਕੀ ਵੱਢ ਲਿਆ ਤੁਸੀਂ? ਉਹ ਆ ਮੁੰਡਾ ਅਲੀ ਆਉਂਦਾ ਸੀ ਵੀ ਭੁੱਖ ਲੱਗੀ ਆ, ਚਲੋ ਨਾ ਫਿਰ ਜਾਵਾਂਗੇ, ਪਹਿਲਾਂ ਨਾ ਕੋਈ ਪੰਡ ਵੱਢ ਲਈਏ। ਉਹ ਅੱਗੇ ਪਤਾ ਨਹੀਂ ਹੁਣ ਕੀ ਰੇਟ ਲੱਗਦਾ ਜੀ ਅਤੇ ਕੀ ਨਹੀਂ। ਹਕੂਮਤਾਂ ਪਹਿਲੇ ਉਂਜਦੀਆਂ ਹੋਈਆਂ, ਕਿਸਾਨ ਨਾਲ ਉਹਨਾਂ ਦਾ ਕੋਈ ਧਿਆਨ ਨਹੀਂ। ਜਿਹਨੇ ਜੀ ਸਾਰੀ ਜ਼ਮੀਨ ਦੇ ਵਿੱਚ ਆਪਣਾ ਫਸਲਾਂ ਉਗਾਉਣੀਆਂ, ਸਬਜ਼ੀਆਂ, ਕਣਕਾਂ, ਚੌਲ, ਚੌਲੀ ਦਾ ਧਿਆਨ ਹੀ ਨਹੀਂ ਇਹਨਾਂ ਦਾ। ਚੌਰੀ ਸਾਹਿਬ, ਤੁਹਾਡਾ ਜ਼ਰਾਈ ਮੁਲਕ ਆ ਸਾਡਾ ਗੋਗਿਆ। ਉਹ ਜ਼ਰਾਈ ਮੁਲਕ ਆ ਤੇ ਅਸੀਂ ਕਦੋਂ ਕਹਿਣ ਦੇ ਆ ਵੀ? ਚੌਰੀ ਜੀ, ਗੱਲ ਇਹ ਆ ਵੀ ਤੁਸੀਂ ਨਾ ਆ ਜਿਹੜਾ ਐਰਕੀ 25 ਮਾਣ ਕਣਕ ਜਿਹੜੀ ਆ ਨਾ ਅਸੀਂ ਲੈਣੀ ਆ ਤੁਹਾਡੇ। ਉਹ ਦਾਣਾ ਡਿੱਗਾ ਚੁੱਕ, ਉਹ ਦਾਣਾ ਡਿੱਗਾ।
ਉਹ ਸਿਆਣਿਆਂ ਦੀ ਮਿਸਾਲ ਨੀ ਸੁਣੀ, ਦਾਣੇ ਦਾਣੇ ਪੇ ਲਿਖਾ ਹੈ ਖਾਣੇ ਵਾਲੇ ਕਾ ਨਾਮ। ਤੁਸੀਂ ਚੌੜੀ ਰਹਿ ਜਾਓ, ਤੁਸੀਂ ਕਿਉਂ ਟਪਾਲ ਵਾਲੇ ਬਣਨ ਡੇ ਜੇ? ਉਹ ਪੀਣੇ ਵਾਲੋ ਕਾ ਨਾਮ।